ਦਿੱਤਾ ਬਟਿਆ ਨਹੀਂ ਜੀ ਬੱਚੇ ਖੇਡਣਦੇ ਆ ਤੇ ਖੇਡ ਖੇਡ ਵਿੱਚ ਬੱਚਾ ਸੱਚੀ ਮੁੱਚੀ ਫਾਂਸੀ ਚੜ ਗਿਆ ਜੀ ਹੁਣ ਨਾਲ ਦੇ ਜਿਹੜੇ ਬੱਚੇ ਸੀਗੇ ਜੀ ਮਾਪਿਓ ਨੇ ਕਿਹਾ ਤੋ ਨਾ ਬੱਚਿਆਂ ਨੂੰ ਫੜ ਕੇ ਲੈ ਗਏ ਜੱਜ ਕਹਿੰਦਾ ਇਹ ਨਾਬਾਲਗ ਨੇ ਇਹਨਾਂ ਤੇ ਹੁਣ ਕੀ ਕੇਸ ਹੋਵੇ ਮਾਪਿਓ ਕਹਿਣ ਇਹਨਾਂ ਨੇ ਸਾਡਾ ਬੱਚਾ ਮਾਰ ਦਿੱਤਾ ਹੁਣ ਬੱਚਿਆਂ ਤੇ ਕੀ ਕੇਸ ਕਰੇ ਜੱਜ ਜੱਜ ਬੜਾ ਸਿਆਣਾ ਸੀਗਾ ਜੀ ਜੱਜ ਨੇ ਕਿਹਾ ਵੀ ਮੈਨੂੰ ਉਸ ਜਗ੍ਹਾ ਲੈ ਕੇ ਚੱਲੋ ਜਿੱਥੇ ਇਹ ਖੇਡ ਖੇਡਣਦੇ ਸੀਗੇ ਇਹ ਖੇਡਾਂ ਖੇਡਦੇ ਸੀ ਉਹਨੂੰ ਉਸ ਥਾਂ ਤੇ ਲੈ ਗਏ ਜੱਜ ਨੇ ਪਿੰਡ ਦੇ ਬੰਦੇ ਇਕੱਠੇ ਕੀਤੇ ਫਿਰ ਪੁੱਛਿਆ ਜੀ ਆਖਰ ਪੜਾਈਆਂ ਪੜੇ ਹੁੰਦੇ ਆ ਚੰਗੀ ਸੋਚ ਬਿਰਤੀ ਦੇ ਮਾਲਕ ਹੁੰਦੇ ਕਈ ਬੰਦੇ ਦੀ ਪੁੱਛਿਆ ਵੀ ਦੱਸੋ ਇੱਥੇ ਪਹਿਲਾਂ ਕੀ ਸੀਗਾ ਤੇ ਫਿਰ ਉਹਨਾਂ ਨੇ ਦੱਸਿਆ ਕਹਿਣ ਲੱਗੇ ਜੀ ਇੱਥੇ ਪਹਿਲੇ ਸਮੇਂ ਵਿੱਚ ਨਾ ਬਹੁਤ ਸਮਾਂ ਪਹਿਲਾਂ ਸੁਣਿਆ ਵਾ ਵੀ ਰਾਜਾ ਕਚਹਿਰੀ ਲਾਉਂਦਾ ਹੁੰਦਾ ਸੀਗਾ ਇਥੇ ਲੋਕਾਂ ਨੂੰ ਸਜ਼ਾ ਦੇਂਦਾ ਹੁੰਦਾ ਸੀਗਾ ਜੱਜ ਕਹਿੰਦਾ ਫਿਰ ਬੱਚਿਆਂ ਦਾ ਕਸੂਰ ਨਹੀਂ ਹੈਗਾ ਕਸੂਰ ਧਰਤੀ ਦਾ ਹੈਗਾ ਮੰਨ ਲਓ ਸਦੀਆਂ ਪਹਿਲਾਂ ਵੀ ਕਿਸੇ ਧਰਤੀ ਤੇ ਕੋਈ ਕੰਮ ਹੁੰਦਾ ਹੋਵੇ ਨਾ ਜੀ ਸਦੀਆਂ ਪਹਿਲਾਂ ਵੀ ਕਿਸੇ ਜ਼ਮੀਨ ਉੱਤੇ ਕੋਈ ਕੰਮ ਹੋ ਰਿਹਾ ਉਹਦਾ ਅਸਰ ਰਹਿੰਦਾ ਜੀ ਉਸ ਧਰਤੀ ਉੱਤੇ ਤੇ ਸਦੀਆਂ ਬਾਅਦ ਵੀ ਬੰਦਾ ਜਾ ਕੇ ਉੱਥੇ ਬਹਿ ਜੇ ਉਹਦੇ ਹਾਵ ਭਾਵ ਉਹੋ ਜੇ ਬਣ ਜਾਂਦੇ ਆ ਤਰਤੀ ਦੇ ਪਾਪ ਹੁੰਦੇ ਨੇ ਤੇ ਤਰਤੀ ਦੇ ਪੁੰਨ ਵੀ ਹੁੰਦੇ ਆ ਇਹਦੀ ਵਿਆਖਿਆ ਜਿੰਨੀ ਮਰਜ਼ੀ ਕਰੀ ਜਾਈਏ ਲੰਮੀ ਬੜੇ ਬੜੇ ਲੰਮੇ ਇੱਕੋ ਗੱਲ ਤੇ ਬੜਾ ਸਮਾਂ ਲੱਗ ਸਕਦਾ ਜੀ ਵਿਦੇਸ਼ ਕਮਰੇ ਵਿੱਚ ਬੈਠ ਕੇ ਤੁਸੀਂ ਨਾਮ ਜਪਦੇ ਤੇ ਉਸ ਕਮਰੇ ਦੀ ਵਾਈਬ੍ਰੇਸ਼ਨ ਹੋਰ ਹੁੰਦੀ ਹੈ ਕਿਉਂਕਿ ਉੱਥੇ ਨਾਮ ਜਪਿਆ ਗਿਆ ਪਰ ਆਮ ਬੰਦੇ ਵੇਖੇ ਗਏ ਆ ਉਹ ਕਹਿੰਦੇ ਕਿ ਜਦੋਂ ਅਸੀਂ ਕਿਸੇ ਹੋਰ ਥਾਂ ਤੇ ਜਾਂਦੇ ਤੇ ਸਾਡੇ ਕੋਲ ਸਿਮਰਨ 'ਚ ਸਾਡਾ ਧਿਆਨ ਨਹੀਂ ਲੱਗਦਾ ਜੀ ਧਰਤੀ ਦੇ ਪਾਪ ਹੁੰਦੇ ਆ ਧਰਤੀ ਦੇ ਪੁੰਨ ਵੀ ਹੁੰਦੇ ਆ ਤੇ ਗੁਰੂ ਜੀ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿ ਰਹੇ ਕਹਿੰਦੇ ਸਿੱਖੋ ਜਿਸ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪੈ ਗਏ ਨਾ ਉਹ ਧਰਤੀ ਦੇ ਪਾਪ ਮੁੱਕ ਜਾਂਦੇ ਆ ਉਹ ਧਰਤੀ ਦੇ ਪਾਪ ਖਤਮ ਹੋ ਜਾਂਦੇ ਆ ਗੁਰ ਅਮਰਦਾਸ ਪਰਸੀ ਹੈ ਪੋਹਮ ਪਾਤਕ ਬਿਨਾਸ ਹੈ ਹੁਣ ਦੋ ਅਰਥ ਕੀਤੇ ਮਹਾਂਪੁਰਖਾਂ ਨੇ ਇਹਦੇ ਇੱਕ ਬਾਰੀ ਧਰਤੀ ਐ ਇੱਕ ਸਾਡਾ ਅੰਦਰ ਜਿਹੜਾ ਹਿਰਦਾ ਨਾ ਜੀ ਇਹ ਵੀ ਧਰਤੀ ਐ ਬੰਦੇ ਦਾ ਮਨ ਹਿਰਦਾ ਵੀ ਇੱਕ ਧਰਤੀ ਐ ਅੰਦਰ ਵੀ ਪਾਪ ਇਕੱਠੇ ਹੋਏ ਹੁੰਦੇ ਅੰਦਰ ਵੀ ਜੀ ਤੇ ਜੇ ਕਿਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਵਸ ਜਾਵੇ ਨਾ ਹਿਰਦੇ 'ਚ ਗੁਰੂ ਜੀ ਦੀ ਬਾਣੀ ਵਸ ਜਾਵੇ ਹਿਰਦੇ ਵਿੱਚ ਤੇ ਸਾਧ ਸੰਗਤ ਜੀ ਫਿਰ ਅੰਦਰ ਦੇ ਪਾਪ ਜਿਹੜੇ ਉਹ ਵੀ ਨਾਸ ਹੋ ਜਾਂਦੇ ਐ। ਪਟਾਣੇ ਬੜੀ ਸਿਫਤ ਕੀਤੀ ਗੁਰੂ ਅਮਰਦਾਸ ਜੀ ਦੀ। ਕੁਝ ਗੱਲਾਂ ਨੇ ਜਿਹੜੀਆਂ ਅਭਿਆਸੀ ਪੁਰਸ਼ਾਂ ਨੂੰ ਸਮਝਾਉਂਦੀਆਂ ਜੀ। ਕੁਝ ਗੱਲਾਂ ਇਹੋ ਜੀਆਂ ਹੁੰਦੀਆਂ। ਜਪ ਕਰਨਾ ਜਿਹੜਾ ਇਹ ਅਭਿਆਸੀ ਬੰਦਿਆਂ ਦਾ ਕੰਮ ਐ ਜੀ। ਜਿਹੜੇ ਬੰਦੇ ਜਪ ਕਰਦੇ ਆ ਵਾਹਿਗੁਰੂ 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 ਜਪ ਕਰਨਾ ਜਪ ਤਿੰਨ ਤਰੀਕਿਆਂ ਦਾ ਹੁੰਦਾ ਜੀ ਜਿਹੜਾ ਜਪ ਹੈ ਨਾ ਇਹ ਤਿੰਨ ਤਰੀਕਿਆਂ ਦਾ ਹੁੰਦਾ ਜੀ ਜੀਬ ਕਰਕੇ ਜਪ ਕਰਨਾ ਜੀਬ ਕਰਕੇ ਰਸ ਕਰਕੇ ਵਾਹਿਗੁਰੂ ਧਿਆਨ ਨਾਲ ਜਪਣਾ ਇਹਨੂੰ ਕਹਿੰਦੇ ਜੀਬ ਕਰਕੇ ਜਪਣਾ ਇੱਕ ਇੱਕ ਕੰਠ ਕਰਕੇ ਜਪਣਾ ਗਲੇ ਵਿੱਚ ਜਪ ਚੱਲਦਾ ਜੀ ਗਲੇ ਵਿੱਚ ਇੱਕ ਜਪ ਹੈ ਸਾ ਸੰਗਤ ਜੀ ਜਿਹੜਾ ਹਿਰਦੇ 'ਚ ਚੱਲਦਾ ਹਿਰਦੇ 'ਚ ਚੱਲਦਾ ਕਈ ਵਿਦਵਾਨਾਂ ਨੇ ਇਹਨੂੰ 4 ਤਰੀਕਿਆਂ ਨਾਲ ਵੀ ਦੱਸਿਆ ਜੀ ਪਰ ਪਸੰਤਾ ਮਦਮ ਤੇ ਬੈਖਰੀ ਇੱਕ ਜਪ ਜੀਬ ਕਰਕੇ ਇੱਕ ਗਲੇ ਚ ਜਾਪ ਚੱਲਦਾ ਇੱਕ ਜਪ ਹਿਰਦੇ ਚ ਚੱਲਦਾ ਤੇ ਇੱਕ ਬੰਦੇ ਦੀ ਨਾਭੀ ਚ ਚੱਲਦਾ ਜੀ ਇਹ بڑے بڑے ਵੱਡੇ ਅਭਿਆਸੀ ਜਿਹੜੇ ਬੰਦੇ ਨਾ ਜੀ ਉਹ ਇਹਨਾਂ ਗੱਲਾਂ ਨੂੰ ਸਮਝਦੇ ਨੇ ਬੰਦੇ ਦੀ ਨਾਭੀ ਵਿੱਚ ਵੀ ਜਾਪ ਚੱਲਣ ਲੱਗ ਪੈਂਦਾ ਜੀ ਵਿਦਵਾਨ ਦੱਸਦੇ ਐ ਪਹਿਲੀ ਗੱਲ ਜੇ ਕੋਈ ਬੰਦਾ ਸੋਚੇ ਕਿ ਮੈ ਜੀਬ ਕਰਕੇ ਰੱਬ ਦਾ ਨਾਮ ਜਪਣਾ ਤੇ ਇਹ ਵੀ ਰੱਬ ਦੀ ਮਿਹਰ ਚਾਹੀਦੀ ਹੈ ਜੀਬ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਕਿਹੜਾ ਸੌਖਾ ਕੰਮ ਹੈ ਨਹੀਂ ਜੀਬ ਤੋਂ ਜਪਦਿਆਂ ਜਪਦਿਆਂ ਫਿਰ ਸੈਜੇ ਸੈਜੇ ਨਾਮ ਜਿਹੜਾ ਉਹ ਗਲੇ ਵਿੱਚ ਆਉਂਦਾ ਜੀ ਕੰਠ ਚ ਆਉਂਦਾ ਹੈ ਅਭਿਆਸ ਈ ਤੇ ਵਿਦਵਾਨ ਦੱਸਦੇ ਵੀ ਉਹ ਅਭਿਆਸ ਫਿਰ ਸੈਜੇ ਸੈਜੇ ਹਿਰਦੇ ਚ ਆ ਜਾਂਦਾ ਹੈ ਗੁਰਮੁਖ ਤਾਂ ਤਿੰਨ ਤਿੰਨ ਤਰੀਕੇ ਦਾ ਜਾਪ ਮੰਨਦੇ ਐ ਵਿਦਵਾਨ ਜਿਹੜੇ ਉਚਾਰ ਦਾ ਦੱਸਦੇ ਵੀ ਅਗੋਂ ਨਾਭੀ 'ਚ ਵੀ ਚਲੇ ਜਾਂਦਾ ਹੁਣ ਇਹਦੇ ਵਾਸਤੇ ਸੰਗਤ ਜੀ ਸਾਲਾਂ ਬੱਧੀ ਕੋਈ ਸਾਧਨਾ ਕਰੇ ਨਾ ਸਾਲਾਂ ਬੱਧੀ ਤੇ ਕੋਈ ਨਹੀਂ ਪਤਾ ਵੀ ਜਾਪ ਹਿਰਦੇ 'ਚ ਵੱਸਦਾ ਜਾਂ ਨਹੀਂ ਵੱਸਦਾ ਜੀ ਜੋਰ ਥੋੜੀ ਹੈਗਾ ਜੀ ਬੰਦਾ ਸਾਲਾਂ ਬੱਧੀ ਸਾਧਨਾ ਕਰਦਾ ਰਹੇ ਕੋਈ ਨਹੀਂ ਪਤਾ ਵੀ ਜਪ ਹਿਰਦੇ ਚ ਬਸੇਗਾ ਨਹੀਂ ਬਸੇਗਾ ਹਾਂ ਲੱਗਾ ਰਵੇ ਕਿਰਪਾ ਜ਼ਰੂਰ ਹੁੰਦੀ ਹੈ ਹੁਣ ਗੁਰੂ ਜੀ ਦੇ ਬਾਣੀ ਸੁਣਿਓ ਪਿਆਰ ਨਾਲ ਸਾਰੇ ਕਹੋ ਧੰਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਟ ਜੀ ਗੁਰੂ ਜੀ ਦੀ ਬਾਣੀ ਵਿੱਚ ਲਿਖਦੇ ਆ ਜਪ ਤਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿੱਖ ਹੈ ਇਹ ਗੁਰੂ ਅਮਰਦਾਸ ਜੀ ਦੀ ਮਹਿਮਾ ਵਿੱਚ ਸਵਈਆ ਉਚਾਰਿਆ ਜੀ ਕਹਿੰਦੇ ਗੁਰੂ ਕੇ ਸਿਖਾ ਤੂੰ ਚਾਹਨਾ ਵੀ ਤੂੰ ਜਪ ਕਰੇ ਤੇ ਜਪ تیر ਕੋ ਹੋ ਨਹੀਂ ਰਿਹਾ ਤੇ ਕਬਰਾ ਨਾ ਗੁਰੂ ਜੀ ਦੇ ਦਰਸ਼ਨ ਕਰ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਨਾਲ ਹੀ ਜਪ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਅਧੂਰੇ ਜਪ ਦੀ ਥੋੜੀ ਪ੍ਰਾਪਤੀ ਹੋਣੀ ਹੈ ਸਾਰੇ ਜਪ ਮਿਲ ਜਾਂਦੇ ਸਾਰੇ ਹੀ ਜੀਬ ਵਾਲਾ ਵੀ ਗਲੇ ਵਾਲਾ ਵੀ ਹਿਰਦੇ ਵਾਲਾ ਵੀ ਜਪ ਤਪ ਫਿਰ ਤਪ ਦੀ ਗੱਲ ਆਉਂਦੀ ਹੈ 10 ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਜਿਹੜਾ ਪਹਿਲੀ ਆ ਚਾਰ ਗੁਣ ਦਸੇ ਪੱਟਾਂ ਨੇ ਜੀ ਜਪ ਤਪ ਸਤ ਸੰਤੋਖ ਹੁਣ ਇਹ ਚਾਰ ਗੁਣਾ ਬਾਰੇ ਉਹਨਾਂ ਪੁਰਸ਼ਾਂ ਨੂੰ ਪਤਾ ਹੈ ਜਿਹੜੇ ਮਨੋਂ ਇਸ ਰਸਤੇ ਉੱਤੇ ਤੁਰਨਾ ਚਾਹੁੰਦੇ ਆ ਗੰਨੀ ਬਾਤੀ ਵਾਲੇ ਨੇ ਗੱਲੀ ਬਾਤੀ ਵਾਲੇ ਨਹੀਂ ਜਿਹੜੇ ਮਨੋਂ ਤੁਰਨਾ ਚਾਹੁੰਦੇ ਆ ਉਹਨਾਂ ਨੂੰ ਜਪ ਦੀ ਸਾਰ ਹੈ ਵੀ ਜਪ ਬੜਾ ਜ਼ਰੂਰੀ ਹੈ ਮਸਕੀਨ ਜੀ ਦੀ ਕਥਾ ਸੁਣੋ ਉਹਨਾਂ ਸਾਰਾ ਜੋਰ ਹੀ ਜਪ ਤੇ ਲਾਇਆ ਜੀ ਔਰ ਜਪ ਵੀ ਕਿਹੜਾ ਵੀ ਇਹ ਨਹੀਂ ਵੀ ਕੱਲਾ ਜੀਬ ਹੀ ਬੋਲੀ ਜਾਂਦੀ ਹੈ ਜੀਬ ਹੀ ਬੋਲੀ ਜਾਂਦੀ ਨਹੀਂ ਮਨ ਵੀ ਨਾਲ ਬੋਲੇ ਉਹਨੂੰ ਜਪ ਕਹਿੰਦੇ ਆ ਉਹਨੂੰ ਜਪ ਕਹਿੰਦੇ ਆ ਤੇ ਜਪ ਦਾ ਉਹ ਹੀ ਹੈ ਜਿੰਨੂੰ ਭੁੱਖ ਲੱਗਦੀ ਹੈ ਰੱਬ ਨੂੰ ਮਿਲਣ ਦੀ ਉਹਦਾਂ ਨੇ ਬੋਲ ਲੀ ਉਹਨਾਂ ਬਾਰੇ ਵੀ ਦੱਸਦੇ ਆ ਕਹਿੰਦੇ ਵੀ ਥਾਲੀ 'ਚ 36 ਤਰ੍ਹਾਂ ਦੇ ਭੋਜਨ ਪਾਏ ਹੋਣ ਤੇ ਉਹਨੂੰ ਕਹੀਏ ਖਾ ਤੇ ਅੱਗੋਂ ਬੰਦਾ ਕਵੇ ਪਹਿਲਾਂ ਇਹ ਦੱਸੋ ਖਾਣੇ ਕਿਵੇਂ ਆ ਫਿਰ ਗੱਲ ਧਿਆਨ ਨਾਲ ਸੁਣ ਲਿਓ ਕਿਸੇ ਥਾਲ ਵਿੱਚ 36 ਤਰ੍ਹਾਂ ਦਾ ਭੋਜਨ ਪਾਇਆ ਜੀ ਉਹਨੂੰ ਕਹੀਏ ਵੀ ਲਓ ਛਕੋ ਜੀ ਉਹ ਅੱਗੋਂ ਕਵੇ ਵੀ ਇਹ ਦੱਸੋ ਵੀ ਖਾਣੇ ਕਿਵੇਂ ਆ ਛਕਣੇ ਕਿਵੇਂ ਆ ਕਹਿੰਦੇ ਇਹਦਾ ਮਤਲਬ ਇਹ ਹੈ ਉਹਨੂੰ ਭੁੱਖ ਨਹੀਂ ਲੱਗੀ ਕਿਉਂ ਜਿੰਨੂੰ ਭੁੱਖ ਲੱਗਦੀ ਹੈ ਨਾ ਜੀ ਉਹ ਨਹੀਂ ਪੁੱਛਦਾ ਕਿਵੇਂ ਖਾਣੇ ਉਹ ਤੇ ਸਿੱਧਾ ਖਾਣਾ ਹੀ ਸ਼ੁਰੂ ਹੁੰਦਾ ਜੀ ਭੁੱਖ ਸ਼ਕਣ ਦੀ ਜਾਂਚ ਬੰਦੇ ਨੂੰ ਆਪੇ ਹੀ ਸਿਖਾ ਦਿੰਦੀ ਹੈ ਜਪ ਹਮੇਸ਼ਾ ਉਹ ਬੰਦੇ ਕਰਨ ਨੂੰ ਤਿਆਰ ਹੋਣਗੇ ਜਿਨ੍ਹਾਂ ਨੂੰ ਵਾਕਈ ਰੱਬ ਨਾਲ ਮਿਲਣ ਦਾ ਪਿਆਰ ਹੈ ਜੀ ਜਪ ਦੀ ਪ੍ਰਾਪਤੀ ਕਹਿੰਦੇ ਨਹੀਂ ਜਪ ਹੁੰਦਾ ਬੜਾ ਜੋਰ ਹੁਣ ਵੇਖੋ ਨਾ ਜੀ ਤੁਸੀਂ ਜਪਜੀ ਸਾਹਿਬ ਜਪਣ ਦਾ ਯਤਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹਦਾ ਨਾਮ ਹੀ ਜਪ ਰੱਖਿਆ ਜਪ ਜਪ ਸਤਕਾਰ ਨਾਲ ਆਪਾਂ ਜੀ ਕਹਿੰਦੇ ਆ ਜੀ ਬਾਣੀ ਦਾ ਨਾਮ ਜਪ ਹੈ ਹੁਣ ਜਪਜੀ ਸਾਹਿਬ ਨੂੰ ਕੋਈ ਜਪਣ ਦਾ ਯਤਨ ਕਰੇ ਵੀ ਮੈਂ ਜਪਣਾ ਆ ਜਪਜੀ ਸਾਹਿਬ ਨੂੰ ਕੱਲੀ-ਕੱਲੀ ਪੰਕਤੀ ਜੀਬ ਤੋਂ ਵੀ ਬੋਲਣੀ ਹੈ ਤੇ ਮਨ ਤੋਂ ਵੀ ਬੋਲਣੀ ਹੈ ਤੇ ਬੜਾ ਔਖਾ ਕੰਮ ਹੈਗਾ ਜੀ ਬੜਾ ਔਖਾ ਜੀ ਮਨ ਬਾਹਰ ਨਿਕਲ ਜਾਂਦਾ ਪਾਹੀ ਗੋਪਾਲੇ ਦਾ ਨਿਕਲ ਗਿਆ ਸੀਗਾ ਜੀ ਪਟ ਦੀ ਕਹਿੰਦੇ ਸਿੱਖੋ ਸ੍ਰੀ ਗੁਰੂ ਅਮਰਦਾਸ ਸਾਹਿਬ ਐਨੇ ਵੱਡੇ ਨੇ ਐਨੇ ਵੱਡੇ ਨੇ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਉਹਨਾਂ ਨੂੰ ਜਪ ਦੀ ਪ੍ਰਾਪਤੀ ਆਪੇ ਹੀ ਹੋ ਗਈ ਜੀ ਉਹਨਾਂ ਦਾ ਜਪ ਵਿੱਚ ਮਨ ਜੁੜ ਗਿਆ ਜੀ 22 ਸਿੱਖ ਗੁਰੂ ਅਮਰਦਾਸ ਜੀ ਨੇ ਸਿਰਮੌਰ ਬਣਾਏ ਜੀ 22 ਸਿੱਖ ਜਿਹੜੇ ਪੂਰੇ ਸੀਗੇ ਜਪ ਵਿੱਚ ਜੀ ਔਰ ਉਹਨਾਂ ਪੂਰਿਆਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਅੱਗੇ ਨਾਮ ਜਪਣ ਵਿੱਚ ਜਪਾਉਣ ਵਿੱਚ ਵੀ ਲਾਇਆ ਵੀ ਹੁਣ ਤੁਸੀਂ ਅੱਗੇ ਜਪਾਓ ਅਗਲੀ ਗੱਲ ਪਟ ਜੀ ਲਿਖਦੇ ਸਤ ਜਪ ਤਪ ਤਪ ਤਿੰਨ ਤਰੀਕੇ ਦਾ ਹੁੰਦਾ ਜੀ ਤਪ ਕਰਨਾ ਹੈ ਜਿਹੜਾ ਤਪ ਹੈ ਇਹ ਤਿੰਨ ਤਰੀਕੇ ਦਾ ਇਹ ਨੂੰ ਰਾਜਸੀ ਤਾਮਸੀ ਤੇ ਸ਼ਾਂਤ ਕੀ ਇਹ ਤਿੰਨ ਤਰੀਕੇ ਦਾ ਤਪ ਹੈ ਬੱਚੇ ਆਪਣੇ ਪੜ੍ਹਾਈ ਕਰਦੇ ਆ ਪਹਿਲਾਂ ਛੋਟੇ ਨੇ ਨਿੱਕੇ ਸਕੂਲਾਂ ਚ ਜਾਂਦੇ ਆ ਫਿਰ ਹਾਈ ਸਕੂਲ ਚ ਜਾਂਦੇ ਆ ਫਿਰ ਸੀਨੀਅਰ ਸਕੈਂਡਰੀ ਚ ਜਾਂਦੇ ਆ ਫਿਰ ਕਾਲਜ ਚ ਚਲੇ ਜਾਂਦੇ ਆ ਫਿਰ ਯੂਨੀਵਰਸਿਟੀ ਚ ਜਾਂਦੇ ਆ 36 36 ਸਾਲ ਪੜਦੇ ਹੀ ਰਹਿੰਦੇ ਆ ਪੜਦੇ ਹੀ ਰਹਿੰਦੇ ਆ ਇਹ ਕੇ ਵੀ ਦੁਨਿਆਵੀ ਤੌਰ ਤੇ ਤਾਪੀ ਆ ਜੀ ਭੁੱਖ ਪਿਆਸ ਨੂੰ ਇੱਕ ਪਾਸੇ ਰੱਖ ਕੇ ਤੇ ਕੰਮ ਚ ਧਿਆਨ ਰੱਖਣਾ ਤਪ ਪਤਾ ਕੀ ਹੁੰਦਾ ਜੀ ਜਿਹਦੇ ਵਿੱਚ ਭੁੱਖ ਪਿਆਸ ਇਹ ਸਭ ਕੁਝ ਇੱਕ ਪਾਸੇ ਰੱਖ ਕੇ ਤੇ ਆਪਣੇ ਕੰਮ ਵੱਲ ਧਿਆਨ ਰੱਖਣਾ ਜੀ। ਪ੍ਰਾਣੇ ਲੋਕ ਤਪ ਕਰਦੇ ਹੁੰਦੇ ਸੀਗੇ ਤਪ ਅੱਗ ਦੇ ਅੱਗ ਨੂੰ ਆਲੇ ਦੁਆਲੇ ਲਾ ਕੇ ਨਾ ਗੋਲ-ਗੋਲ ਕਰਕੇ ਤੇ ਵਿੱਚ ਘਰ ਬਹਿ ਜਾਣਾ ਗਰਮੀ ਦੇ ਵਿੱਚ ਦੀ। ਪਿਆਸ ਵੀ ਸਹਿਣੀ ਤੇ ਲੋਕਾਂ ਨੇ ਕਹਿਣਾ ਇਹ ਤਪ ਕਰ ਰਿਹਾ ਤਪ ਜੀ ਆਪਣੇ ਤਨ ਨੂੰ ਤਪਾਉਣਾ ਜੀ। ਜੇ ਠੰਡ ਤੇ ਠੰਡੇ ਪਾਣੀ ਵਿੱਚ ਬਹਿ ਜਾਣਾ ਤੇ ਤਪ ਕਰਨਾ ਜੀ ਭਾਵੇਂ ਕਿ ਗੁਰੂ ਘਰ ਵਿੱਚ ਜਿੱਥੇ ਆਪ ਜੀ ਸਾਰੇ ਬੈਠੇ ਹੋ ਇਥੋਂ ਦਾ ਸਭ ਤੋਂ ਵੱਡਾ ਤਪ ਪਤਾ ਕੀ ਹੈ ਜੇ ਕੋਈ ਤੁਹਾਨੂੰ ਪੁੱਛੇ ਵੀ ਸਭ ਤੋਂ ਵੱਡਾ ਤਪ ਕਿਹੜਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਸੇਵਾ ਤਪਾਂ ਸਿਰ ਤਪਸਾਰ ਗੁਰੂ ਜੀ ਦੀ ਸੇਵਾ ਕਰਨੀ ਇਹ ਤਪਾਂ ਤੋਂ ਵੀ ਵੱਡਾ ਤਪ ਹੈ ਤੇ ਸ੍ਰੇਸ਼ਟ ਤਪ ਹੈ ਜੀ ਹੁਣ ਅੱਜ ਕੱਲ ਪੈਸੇ ਦੇਣੇ ਸੌਖੇ ਤੇ ਟਾਈਮ ਕੱਢਣਾ ਬੜਾ ਔਖਾ ਜੀ ਬੰਦੇ ਵਾਸਤੇ ਸਮਾਂ ਕੱਢਣਾ ਔਖਾ ਜੀ ਸਮਾਂ ਕੱਢ ਕੇ ਵੱਡੇ ਵੱਡੇ ਪਤੀਲੇ ਮਾਂਜਣੇ ਜੋੜੇ ਘਰ ਤੇ ਜਾ ਕੇ ਸੇਵਾ ਕਰਨੀ ਝਾੜੂ ਫੇਰਨਾ ਕਿੱਡੀ ਵੱਡੀ ਸੇਵਾ ਜੀ ਵਾਹਿਗੁਰੂ ਤਿੰਨ ਤਰੀਕਿਆਂ ਦਾ ਤਪ ਚ ਰਾਜ ਸੀ ਤਾਮ ਸੀ ਤੇ ਸ਼ਾਂਤ ਕੀ ਤਪ ਹੈ ਇੱਕ ਤਾਪੀ ਬੰਦੇ ਨੂੰ ਮਿਲ ਜੇ ਬੜੇ ਵੱਡੇ ਗੱਲ ਹੈ ਪਟ ਜੀ ਕਹਿੰਦੇ ਤੁਹਾਨੂੰ ਤਿੰਨੇ ਤਰੀਕੇ ਦੇ ਤਪ ਮਿਲ ਜਾਣਗੇ ਜੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੀ ਕਰ ਲੋਗੇ ਬਸ ਜੀ ਸਤਿਗੁਰਾਂ ਦੇ ਦਰਸ਼ਨ ਇੰਨੇ ਵੱਡੇ ਜੀ ਮਹਾਰਾਜ ਨੇ ਆਪ ਥੋੜਾ ਤਪ ਕੀਤਾ ਜੀ ਵਾਹਿਗੁਰੂ ਜੇ ਉਸ ਤਰੀਕੇ ਨਾਲ ਸੇਵਾ ਗੁਰੂ ਅਮਰਦਾਸ ਜੀ ਨੇ ਕੀਤੀ ਰੱਬ ਹੀ ਕਰ ਸਕਦਾ ਬੰਦਾ ਨਹੀਂ ਕਰ ਸਕਦਾ ਜੀ 12 ਸਾਲ ਲਗਾਤਾਰ ਗਾਗਰ ਢੋਈ ਆਪਣੇ ਗੁਰਦੇਵ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਇਆ ਤੇ ਇੱਕ ਵੀ ਨਾਗਾ ਨਹੀਂ ਜੀ ਇੱਕ ਵੀ ਨਾਗਾ ਨਹੀਂ ਪਾਇਆ ਗੁਰੂ ਅਮਰਦਾਸ ਜੀ ਨੇ 12 ਸਾਲ ਗਾਗਰ ਢੋਈ ਸੱਚੇ ਪਾਤਸ਼ਾਹ ਜੀ ਨੇ 12 ਸਾਲ ਦੀ ਬਜ਼ੁਰਗ ਸ਼ਰੀਰ ਇਹ ਵੀ ਨਹੀਂ ਵੀ ਉਮਰ ਜਵਾਨੀ ਦੀ ਹੈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਜੀਵਨ ਹੈ ਨਾ ਉਹ ਸਾਧ ਸੰਗਤ ਜੀ ਇਸ ਪੱਖੋਂ ਵੀ ਬੜਾ ਵਧੀਆ ਸਿੱਖਿਆ ਦੇਣ ਵਾਲੇ ਪਾਸਿਓਂ ਬੰਦਾ ਕਵੇ ਵੀ ਮੈਂ ਤੇ ਬਜ਼ੁਰਗ ਹੋ ਗਿਆ ਮੇਰ ਕੋ ਹੁਣ ਕੁਛ ਨਹੀਂ ਹੁੰਦਾ ਉਹਨੂੰ ਧੰਨ ਗੁਰੂ ਅਮਰਦਾਸ ਸਾਹਿਬ ਸੱਚੀ ਸਰਕਾਰ ਜੀ ਦਾ ਜੀਵਨ ਦੇਖਣਾ ਚਾਹੀਦਾ ਹੈ ਸੱਚੇ ਪਾਤਸ਼ਾਹ ਜੀ 62 ਸਾਲਾਂ ਦੇ ਸੀਗੇ ਜਦੋਂ ਸੇਵਾ ਵਿੱਚ ਲੱਗੇ ਜੀ ਤੇ ਤੁਸੀਂ ਸਰਕਾਰੀ ਨੌਕਰੀਆਂ ਵੀ ਕੀਤੀਆਂ ਤੇ ਕੰਮ ਵੀ ਰਹੇ ਜੇ ਮੇਰੇ ਖਿਆਲ ਨਾਲ 58 60 ਸਾਲ ਦੇ ਬੰਦੇ ਨੂੰ ਰਿਟਾਇਰ ਕਰ ਦਿੰਦੇ ਜੀ ਵੱਧ ਤੋਂ ਵੱਧ ਕੋਈ ਮਹਿਕਮਾ ਬਾਠ ਵਾਲਾ ਵੀ ਹੋਏਗਾ ਜੀ ਨਹੀਂ ਤੇ 58 60 ਸਾਲ ਦੇ ਬੰਦੇ ਨੂੰ ਰਿਟਾਇਰ ਕਰ ਦਿੰਦੇ ਜੀ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਨਾ ਜੀ 58 ਸਾਲ ਦੇ ਬੰਦੇ ਨੂੰ ਰਿਟਾਇਰ ਕਰ ਦਿੰਦੇ ਵੀ ਹੁਣ ਤੂੰ ਘਰ ਬੈ ਹੁਣ ਤੇਰੇ ਕੋ ਕੰਮ ਕਰਨੀ ਹੋਣਾ ਕਈਆਂ ਦੀ ਸਰਵਿਸ 60 ਸਾਲ ਹੋਏਗੀ ਤੇ ਆਮ ਵੇਖੋ ਸਿਆਣੇ ਦਾਨੇ ਬੰਦੇ ਮੰਦੇ ਵੀ ਹੁਣ ਇਹ ਕੰਮ ਕਰਨ ਦੇ ਯੋਗ ਨਹੀਂ ਹੈਗਾ 80 ਸਾਲ ਦੀ ਉਮਰ ਵਿੱਚ ਗੁਰੂ ਜੀ ਨੇ ਗਾਗਰ ਢਾਉਣੀ ਸ਼ੁਰੂ ਕੀਤੀ ਜੀ ਤੁੰਦਾਂਵੇਂ ਪੈਂਦੀਆਂ ਹੋਣਗੀਆਂ ਮੀਂਹ ਵੀ ਆਉਂਦੇ ਹੋਣਗੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਉਸ ਸਮੇਂ ਤੇ ਕੋਈ ਸਟਰੀਟ ਲਾਈਟ ਹੈ ਹੀ ਨਹੀਂ ਸੀਗੀ ਕੋਈ ਸਭ ਜੰਗਲ ਬੀਆਬਾਨ ਉਜਾੜ ਤੇ ਘੁੱਪ ਹਨੇਰਾ ਹੁੰਦਾ ਸੀਗਾ ਜੀ ਤੇ ਅਗਲੀ ਗੱਲ ਸੁਣਿਓ ਦਰਿਆ ਤੇ ਜਾ ਕੇ ਪਾਣੀ ਭਰਨਾ ਇਹ ਕਿਹੜਾ ਸੌਖਾ ਕੰਮ ਸੀਗਾ ਗਾਗਰ ਲੈ ਕੇ ਮਹਾਰਾਜ ਆਉਂਦੇ ਗਾਗਰ ਲੈ ਕੇ ਤੇ ਨਾਲ ਕੋਈ ਵੀ ਪੁਰਸ਼ ਨਹੀਂ ਹੈਗਾ ਸੇਵਾ ਵਾਸਤੇ ਜੀ ਸਹਾਇਤਾ ਹੈ ਪਰ ਕੋਈ ਨਹੀਂ ਹੈਗਾ ਜੀ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਕਥਾ ਲਿਖੀ ਨਾ ਜੀ ਤੇ ਗਿੱਠਾ ਮਿਣ-ਮਿਣ ਕੇ ਇਤਿਹਾਸ ਲਿਖਿਆ ਕੱਲੀ-ਕੱਲੀ ਦਸ ਗੱਲ ਦੱਸਦੇ ਭਾਈ ਸੰਤੋਖ ਸਿੰਘ ਕਹਿੰਦੇ ਉਹ ਜਿਹੜੀ ਗਾਗਰ ਹੈ ਪਰ ਇਹ ਨੂੰ ਮੋਡੇ ਤੇ ਚੁੱਕ ਕੇ ਰੱਖਣਾ ਔਖਾ ਕੰਮ ਹੈ ਤੇ ਗੁਰੂ ਅਮਰਦਾਸ ਸਾਹਿਬ ਪਤਾ ਕੀ ਕਰਦੇ ਜੀ ਗਾਗਰ ਪਹਿਲਾਂ ਹੀ ਮੋਡੇ 'ਚ ਰੱਖ ਰੱਖ ਕੇ ਮੋਡੇ ਦੇ ਉੱਤੇ ਤੇ ਦਰਿਆ ਵਿੱਚ ਤੁਰੇ ਜਾਂਦੇ ਆ ਜਿੱਥੇ ਡੂੰਘਾ ਪਾਣੀ ਆ ਜਾਂਦਾ ਥੋੜੀ ਜਿਹੀ ਚੁੱਭੀ ਮਾਰਦੇ ਆ ਗਾਗਰ ਭਰੀ ਜਾਂਦੀ ਹੈ ਕਹੇ ਨੂੰ ਕਹਿੰਦੇ ਨਹੀਂ ਵੀ ਗਾਗਰ ਮੇਰੇ ਮੋਡੇ ਤੇ ਚਕਾ ਤੇ ਫਿਰ ਮੈਂ ਖੜਨੀ ਆ ਤੇ ਫਿਰ ਗਾਗਰ ਵਾਪਸ ਲੈ ਕੇ ਆਉਣੀ ਤੇ ਧੰਨ ਗੁਰੂ ਅੰਗਦ ਸਾਹਿਬ ਹੁਣ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੁਣ ਕਿ ਗੁਰੂ ਅੰਗਦ ਦੇਵ ਜੀ ਉਹ ਦਿਨਟੜੇ ਤੇ ਕਰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਜੀ ਦੇ ਇਸ਼ਨਾਨ ਤੋਂ ਪਹਿਲਾਂ ਗਾਗਰ ਲਿਆ ਕੇ ਰੱਖਣੀ ਦੀ ਹੁਣ ਖੂਹ ਤੇ ਉੱਥੇ ਵੀ ਆ ਗਏ ਸੀ ਖਡੂਰ ਸਾਹਿਬ ਖੂਹ ਆ ਗਏ ਸੀਗੇ ਹੁਣ ਵੀ ਦਰਬਾਰ ਸਾਹਿਬ ਖਡੂਰ ਸਾਹਿਬ ਦਾ ਨਾ ਜਿਹੜਾ ਨਮਸਕਾਰ ਕਰਕੇ ਬਾਹਰ ਆਓ ਤੇ ਉੱਥੇ ਹੀ ਖੂਹ ਬਣਿਆ ਜੀ ਪਰ ਮਹਾਰਾਜ ਨੇ ਕਿਹਾ ਉੱਥੋਂ ਲਿਆਓ ਜਲ ਦਰਿਆ ਤੋਂ ਤੇ ਫਿਰ ਸਾਡੇ ਵਾਲਾ ਹਿਸਾਬ ਨਹੀਂ ਸੀ ਹੈਗਾ ਵੀ ਗਾਗਰ ਲਿਆ ਕੇ ਦੇ ਦਿੱਤੀ ਤੇ ਮੁੜ ਸੋਝੋ ਨਹੀਂ ਸਾਰੀ ਦਿਹਾੜੀ ਸੇਵਾ ਕਰਨੀ ਬੜਾ ਤਪ ਕੀਤਾ ਗੁਰੂ ਅਮਰਦਾਸ ਜੀ ਨੇ ਬੜਾ ਤਪ ਕੀਤਾ ਜਿਹੜਾ ਤਪ ਆਮ ਬੰਦਿਆਂ ਦੇ ਕਰਨ ਵਾਲਾ ਨਹੀਂ ਹੈਗਾ ਸਾਧ ਸੰਗਤ ਦੀ ਇਤਿਹਾਸ ਪੜ ਕੇ ਵੇਖ ਲੋ 12 ਸਾਲਾਂ ਵਿੱਚ ਇੱਕ ਵੀ ਇਸ ਗੱਲ ਦਾ ਨਾਗਾ ਨਹੀਂ ਵੀ ਸਰੀਰ ਢਿੱਲਾ ਮੱਠਾ ਹੈ ਜੀ ਵੀ ਮੇਰਾ ਸਰੀਰ ਢਿੱਲਾ ਮੱਠਾ ਤੇ ਅੱਜ ਕੋਈ ਹੋਰ ਸਿੱਖ ਗਾਗਰ ਲੈ ਕੇ ਆਵੇ ਨਹੀਂ ਪਿਆਰਿਓ ਇੱਕ ਵੀ ਇਹੋ ਜੀ ਗੱਲ ਨਹੀਂ ਹੈਗੀ ਜੀ ਤਪ ਕੀ ਤਾਂ ਤਪ ਹੁਣ ਇਹੋ ਜਿਹਾ ਤਪ ਅਸੀਂ ਥੋੜੀ ਕਰ ਸਕਦੇ ਹਾਂ ਘਰਾਂ ਚੋਂ ਆਉਣਾ ਟਾਈਮ ਕੱਢਣਾ ਇਹ ਵੀ ਤਪ ਕਿੱਥੋਂ ਹੁੰਦਾ ਪਰ ਪਟ ਜੀ ਕਹਿੰਦੇ ਸਿੱਖੋ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲੋ ਤੁਹਾਨੂੰ ਸਮਝੋ ਤਪ ਦੀ ਵੀ ਪ੍ਰਾਪਤੀ ਹੋ ਗਈ ਜਪ ਤਪ ਸਤ ਤੀਜੇ ਨੰਬਰ ਤੇ ਕਿਹਾ ਸਤ ਸਤ ਦਾ ਅਰਥ ਹੈ ਸੱਚ ਬੋਲਣਾ ਸੱਚੀ ਸੁਣਨਾ ਸੱਚ ਕਮਾਉਣਾ ਸੱਚ ਉੱਤੇ ਚੱਲਣਾ ਤੇ ਸੱਚੀ ਮੰਨਣਾ ਸੱਚ ਦੀ ਪ੍ਰਾਪਤੀ ਹੋਣੀ ਜਿਹੜਾ ਬੰਦਾ ਕਦੀ ਝੂਠ ਨਾ ਬੋਲੇ ਤੇ ਝੂਠ ਸੁਣੇ ਨਾ ਜੀ ਗਲਤ ਗੱਲ ਸੁਣੇ ਨਾ ਹੁਣ ਅਸੀਂ ਸਮਾਜ 'ਚ ਰਹਿੰਦੇ ਆ ਆ ਜੇਬ 'ਚ ਫੋਨ ਪਾਇਆ ਇਹੋ ਹੀ ਝੂਠ ਦਾ ਘਰ ਹੈਗਾ ਬੰਦਾ ਹੁੰਦਾ ਕਿਤੇ ਐ ਤੇ ਦੱਸਦਾ ਕਿਤੇ ਐ ਜੀ ਸੱਚ ਬੋਲਣਾ ਸੱਚ ਸੁਣਨਾ ਹੁਣ ਸੱਚ ਦਾ ਭਾਵ ਕੱਲਾ ਸੱਚ ਝੂਠ ਵਾਲਾ ਨਹੀਂ ਐ ਸੱਚ ਦਾ ਅਰਥ ਐ ਜਿਹੜਾ ਸਦਾ ਰਹਿਣ ਵਾਲਾ ਐ ਪਰਮਾਤਮਾ ਦਾ ਨਾਮ ਮੁਖੋਂ ਬੋਲਣਾ ਤੇ ਵਾਹਿਗੁਰੂ ਦੀਆਂ ਸਿਫਤਾਂ ਪਰਮਾਤਮਾ ਦੀਆਂ ਸਿਫਤਾਂ ਹੀ ਸੁਣਨੀਆਂ ਇਹਨੂੰ ਕਹਿੰਦੇ ਸੱਚ ਦੀ ਪ੍ਰਾਪਤੀ ਹੋ ਗਈ ਜੀ ਜਪ ਤਪ ਸਤ ਸਤ ਜੀਵਨ ਵਿੱਚ ਹੋਣਾ ਜੀ ਇੱਕ ਸਤ ਦਾ ਅਰਥ ਹੋਰ ਵੀ ਹੈ ਉਹ ਕੀ ਹੈ ਸਤ ਦਾ ਅਰਥ ਹੈ ਜੀਵਨ ਉੱਚਾ ਹੋਣਾ اخلاق ਚੰਗਾ ਹੋਣਾ ਜੀਵਨ ਬੋਲਦਾ ਹੋਣਾ ਕਦੀ ਕਿਸੇ ਵੱਲ ਮਾੜਾ ਨਾਂ ਵੇਖਣਾ ਮਾੜਾ ਫੁਰਨਾ ਨਾ ਬਣਾਉਣਾ ਕਹੇ ਪਰਥਾਏ ਕੋਈ ਵਾਸ਼ਨਾ ਨਾ ਫੁਰਨੀ ਉਹਨੂੰ ਕਹਿੰਦੇ ਸਤ ਤੇ ਸਤ ਤੇ ਜਿਹੜਾ ਕਾਇਮ ਰਵੇ ਉਹਨੂੰ ਕਹਿੰਦੇ ਜਤੀ ਹੈ ਤੇ ਸਤ ਮਨ ਦਾ ਜਤ ਤਨ ਦਾ ਪਟ ਜੀ ਕਹਿੰਦੇ ਉਸ ਬੰਦੇ ਨੂੰ ਸਤ ਦੀ ਆਪੇ ਹੀ ਪ੍ਰਾਪਤੀ ਹੋ ਜਾਏਗੀ ਜਿਹੜਾ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੇਗਾ ਪਿਆਰ ਨਾਲ ਕਹਿ ਦਿਓ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜਾ ਹੁਣ ਆਪ ਜੀ ਖੁਦ ਅੰਦਾਜ਼ਾ ਲਾਓ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਦਰਸ਼ਨ ਕਰਕੇ ਇੰਨਾ ਕੁਝ ਮਿਲ ਰਿਹਾ ਉਹ ਆਪ ਕਿੰਨੇ ਵੱਡੇ ਹੋਣਗੇ ਦੀ ਜਪ ਤਪ ਸਤ ਤੇ ਚੌਥੇ ਨੰਬਰ ਤੇ ਲਿਖਿਆ ਸੰਤੋਖ ਸੰਤੋਖ ਹੋਣਾ ਸੰਤੋਖ ਦੇ ਅਰਥ ਤੇ ਬੜੇ ਸਿੱਧੇ ਜੇ ਨੇ ਹਰ ਬੰਦੇ ਨੂੰ ਸਮਝਾ ਸਕਦੇ ਆ ਸੰਤੋਖ ਸਬਰ ਹੋਣਾ ਦੀ ਤੇ ਜਿਹੜਾ ਸਬਰ ਹੈ ਇਹ ਕੱਲਾ ਮਾਇਆ ਵੱਲੋਂ ਹੀ ਆ ਵੀ ਸੰਤੋਖ ਹੋਣਾ ਵੀ ਪੈਸੇ ਥੋੜੇ ਆ ਠੀਕ ਆ ਜੀ ਬੜੇ ਆ ਜੀ ਨਹੀਂ ਕੱਲਾ ਇਹ ਸੰਤੋਖ ਨੇ ਮਾਇਆ ਵੱਲੋਂ ਸੰਤੋਖ ਹੋਣਾ ਇਹ ਵੀ ਬੜੀ ਵੱਡੀ ਗੱਲ ਹੈ। ਬੰਦੇ ਨੂੰ ਹੁੰਦਾ ਵੀ ਮੈਨੂੰ ਹੋਰ ਮਿਲ ਜੇ, ਮੈਨੂੰ ਹੋਰ ਮਿਲ ਜੇ। ਕਿਸੇ ਨਾ ਕਿਸੇ ਹਸਾਬ ਨਾਲ ਮਿਲ ਹੀ ਜਾਵੇ, ਮਿਲ ਹੀ ਜਾਵੇ। ਉਹਨੂੰ ਲਾਲਚ ਕਹਿੰਦੇ ਆ। ਗੁਰੂ ਸਾਹਿਬ ਨੇ ਕੱਲਾ ਇੱਕੇ ਪਾਸੇ ਥੋੜੀ ਸੰਤੋਖ ਦੇਣਾ ਜੀ। ਜਦੋਂ ਗੁਰੂ ਸਾਹਿਬ ਨੇ ਦੇਣ ਤੇ ਆਉਣਾ ਤੇ ਮਾਰਾ ਨੇ ਸਾਰੇ ਹੀ ਸੰਤੋਖ ਦੇ ਦੇਣੇ। ਖਾਣ ਦਾ ਵੀ ਸੰਤੋਖ ਹੋਣਾ। ਪੈਸਿਆਂ ਦਾ ਹੀ ਨਹੀਂ ਖਾਣ ਦਾ ਵੀ ਵੀ ਆ ਵੀ ਖਾਵਾ ਆ ਵੀ ਖਾਵਾ ਨਹੀਂ ਜੀਬ ਸੰਤੋਖੀ ਹੋ ਜਾਂਦੀ ਹੈ ਰਸਨਾ ਸੰਤੋਖ ਵਾਲੀ ਹੋ ਜਾਣੀ ਮਹਾਰਾਜ ਆਪ ਲਿਖਦੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਆ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਤੂੰ ਨਿਓ ਰਜਣਾ ਕਹਿੰਦੇ ਉਹਨਾਂ ਚਿਰ ਤੱਕ ਜੀਵ ਨੂੰ ਸੰਤੋਖ ਹਦੋਂ ਆਉਂਦਾ ਜਦੋਂ ਇਹਨੂੰ ਨਾਮ ਰਸ ਮਿਲਦਾ ਜੀ ਉਹਨਾਂ ਚਿਰ ਤੱਕ ਜੀਵ ਨੂੰ ਸੰਤੋਖ ਨਹੀਂ ਆਉਂਦਾ ਜੀਵ ਕਹਿੰਦੀ ਆ ਵੀ ਖਾਣਾ ਆ ਵੀ ਖਾਣਾ ਆ ਵੀ ਜੀਵ ਦੇ ਦੋ ਵੱਡੇ អਵਗੁਣ ਨੇ ਤੇ ਗੁਣ ਵੀ ਬੜੇ ਨੇ ਦੋ ਵੱਡੇ ਆਉਗਣ ਕੀ ਐ ਝੂਠ ਬੋਲਣਾ ਮਾੜਾ ਬੋਲਣਾ ਇਹ ਜੀਬ ਦੇ ਵੱਡੇ ਆਉਗਣ ਨੇ ਤੇ ਇੱਕ ਸਾਧ ਸੰਗਤ ਦੀ ਝੂਠ ਬੋਲਣਾ ਮਾੜਾ ਬੋਲਣਾ ਇੱਕ ਆਉਗਣ ਹੈ ਦੂਜਾ ਆਉਗਣ ਵੀ ਇਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਮੰਗਦੀ ਇਹਨੂੰ ਚਸਕਾ ਲੱਗਾ ਚਸਕੇ ਵਾਲਾ ਵੀ ਇਹਦਾ ਆਉਗਣ ਹੈ ਜੀਵ ਸੰਤੋਖੀ ਹੋ ਜਾਣੀ ਹੁਣ ਇਹਨਾਂ ਸਾਰਿਆਂ ਸੰਤੋਖਾਂ ਦੇ ਪਿੱਛੇ ਅਸਲ ਵਿੱਚ ਮਨ ਹੈ ਮਨ ਮਨ ਸੰਤੋਖੀ ਹੋ ਜਾਣਾ ਇਹ ਜਿੰਨੇ ਵੀ ਸੰਤੋਖ ਹਨ ਬਾਹਰ ਦੇ ਇਹਨਾਂ ਸਾਰਿਆਂ ਦੇ ਪਿੱਛੇ ਆ ਕਿਸੇ ਦਾ ਮਨ ਸੰਤੋਖੀ ਹੋ ਜਾਣਾ ਮਨ ਸ਼ਾਂਤ ਹੋ ਜਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਅਮਰਦਾਸ ਸਾਹਿਬ ਇੰਨੇ ਵੱਡੇ ਨੇ ਇੰਨੇ ਵੱਡੇ ਨੇ ਉਹਨਾ ਬੰਦਿਆਂ ਦੇ ਮਨ ਸੰਤੋਖ ਚ ਆ ਜਾਂਦੇ ਆ ਜਿਹੜੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲੈਂਦੇ ਹਨ ਹੁਣ ਇਸੇ ਪੰਕਤੀ ਦਾ ਦੂਜਾ ਅਰਥ ਵੀ ਸੁਣ ਲਓ ਜਪ ਇੱਕ ਵਾਰੀ ਬੋਲਿਓ ਸਾਨੂੰ ਚੇਤਾ ਰਹਿਣਗੇ ਜਪ ਤਪ ਸਤ ਸੰਤੋਖ ਚਾਰ ਚੀਜ਼ਾਂ ਨੇ ਪਰ ਇਹਨਾਂ ਚਾਰਾਂ ਦੀ ਲੰਮੀ ਵਿਆਖਿਆ ਤੇ ਬੜੇ ਬੜੇ ਵੱਡੇ ਗੁਣ ਨੇ ਬੋਲਣ ਲੱਗਿਆਂ ਤੇ ਮਿੰਟ ਵੀ ਨਹੀਂ ਲੱਗਾ ਜੀ ਪਰ ਜੇ ਜ਼ਿੰਦਗੀ 'ਚ ਆ ਜਾਣਾ ਤੇ ਕਮਾਈ ਕਰਨ ਲੱਗੀਏ ਤੇ ਬੜਾ ਸਮਾਂ ਲੱਗਦਾ ਜੀ ਬੜੇ ਬੜੇ ਵੱਡੇ ਗੁਣ ਨੇ ਪਰ ਇਹ ਸਾਰੇ ਗੁਣ ਤਤਕਾਲ ਹੀ ਉਹਨੂੰ ਮਿਲ ਸਕਦੇ ਆ ਜਿਹੜਾ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਜਾਂਦਾ ਹੈ ਦੂਜਾ ਅਰਥ ਕੀਤਾ ਮਹਾਪੁਰਖਾਂ ਨੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਤੇ ਬੜੇ ਹੀ ਵੱਡੇ ਨੇ ਬੜੇ ਹੀ ਵੱਡੇ ਨੇ ਕਹਿੰਦੇ ਜਿਹੜਾ ਗੁਰੂ ਅਮਰਦਾਸ ਜੀ ਦੇ ਸਿੱਖਾਂ ਦੇ ਵੀ ਦਰਸ਼ਨ ਕਰ ਲੇ ਨਾ ਉਹਦੇ ਵਿੱਚ ਵੀ ਜਪ ਤਪ ਸਤ ਸੰਤੋਖ ਆ ਜਾਂਦਾ ਜੀ ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖਾ ਗੁਰੂ ਜੀ ਦੇ ਸਿੱਖਾਂ ਦੇ ਦਰਸ਼ਨ ਕਰਕੇ ਵੀ ਪ੍ਰਾਪਤੀ ਹੋ ਜਾਂਦੀ ਹੈ ਅਗਲੀ ਪੰਕਤੀ ਸਰਨ ਪਰੇ ਤੇ ਉਬਰ ਛੋੜ ਜਮਪੁਰ ਕੀ ਲਿਖ ਹੈ ਜਿਹੜਾ ਗੁਰੂ ਜੀ ਦੀ ਸਰਨ ਪੈ ਗਿਆ ਸਰਨ ਪਰੇ ਤੇ ਉਬਰ ਉਬਰ ਦਾ ਅਰਥ ਹੈ ਬਚ ਜਾਣਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਕਿਹਦੇ ਤੋਂ ਬਚ ਜਾਣਾ ਜੀ ਕਿਹਦੇ ਤੋਂ ਬਚਈਦਾ ਇਹਦੇ ਵਿਚਾਰ ਕਰੀਏ ਬਿ ਸਰਨ ਵਿੱਚ ਪਾ ਕੇ ਬਚ ਜਾਈਦਾ ਹੈ ਬਚਣਾ ਕਿਰੇ ਤੋਂ ਬਚਣ ਵਾਲੀਆਂ ਚੀਜ਼ਾਂ ਵੀ ਬੜੀਆਂ ਨੇ ਸਭ ਤੋਂ ਪਹਿਲਾਂ ਤੇ ਬੰਦੇ ਦੇ ਆਪਣੇ ਹੀ ਮਾੜੇ ਕੰਮ ਨੇ ਮਾੜੇ ਕੰਮ ਨੇ ਕਈ ਵਾਰੀ ਬੰਦਾ ਨਹੀਂ ਚਾਹੁੰਦਾ ਵੀ ਮੈਂ ਮਾੜੇ ਕੰਮ ਕਰਾਂ ਪਰ ਸੰਗਤ ਜੀ ਨਾ ਚਾਹੁੰਦੇ ਹੋયા ਵੀ ਮਾੜੇ ਕੰਮ ਹੋ ਜਾਂਦੇ ਬੰਦੇ ਕੋਲੋਂ ਬੰਦਾ ਨਹੀਂ ਚਾਹੁੰਦਾ ਵੀ ਮੈਂ ਗਲਤੀ ਕਰਾਂ ਮੈਂ ਮਾੜਾ ਕੰਮ ਕਰਾਂ ਪਰ ਨਾ ਚਾਹੁੰਦੇ ਹਾਂ ਵੀ ਮਾੜਾ ਕੰਮ ਹੋ ਜਾਂਦਾ ਤੇ ਪਟ ਜੀ ਲਿਖਦੇ ਐ ਸ਼ਰਨ ਪਰੇ ਤੇ ਉਬਰੈ ਜਿਹੜਾ ਸਤਿਗੁਰੂ ਜੀ ਦੀ ਸ਼ਰਨ ਪੈਂਦਾ ਉਹ ਬਚ ਜਾਂਦਾ ਉਹ ਮਾੜੇ ਕੰਮਾਂ ਤੋਂ ਵੀ ਬਚ ਜਾਂਦਾ ਉਹ ਜਮਾਂ ਤੋਂ ਵੀ ਬਚ ਜਾਂਦਾ ਉਹ ਪਾਪਾਂ ਤੋਂ ਬਚ ਜਾਂਦਾ ਉਹ ਗੁਨਾਹਾਂ ਤੋਂ ਬਚ ਜਾਂਦਾ ਉਹ ਆਇਬਾਂ ਤੋਂ ਬਚ ਜਾਂਦਾ ਉਹ ਦੁੱਖ ਦੀ ਮਾਰ ਤੋਂ ਬਚ ਜਾਂਦਾ ਉਹ ਭੁੱਖ ਦੀ ਮਾਰ ਤੋਂ ਬਚ ਜਾਂਦਾ ਉਹ ਨਸ਼ੇ ਦੀ ਮਾਰ ਤੋਂ ਬਚ ਜਾਂਦਾ ਜਿਹੜਾ ਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਂਦਾ ਇੱਕ ਸਾਖੀ ਸੁਣ ਲਓ ਕਿਉਂਕਿ ਉਦੋਂ ਦੇ ਆਪਾਂ ਬਾਣੀ ਦੇ ਅਰਥ ਵਿਚਾਰ ਰਹੇ ਆ ਚਲੋ ਇੱਕ ਸਾਖੀ ਸੁਣ ਦੋ ਸ਼ਰਨ ਪਿਆ ਦੀ ਇੱਕ ਬੰਦਾ ਸ਼ਰਨ ਮਾਪਿਓ ਹੈ ਨਹੀਂ ਸੀ ਉਹਦੇ ਤੇ 11 ਦੋਸਤਾਂ ਦੇ ਨਾਲ ਮਾੜੀ ਸੰਗਤ ਵਿੱਚ ਪੈ ਗਿਆ ਤੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਨਸ਼ਾ ਕਰਦੇ ਕਰਦੇ ਵਿਕਾਰ ਵੀ ਕੀਤੇ ਤੇ ਸਰੀਰ ਨੂੰ ਕੋੜ ਹੋ ਗਿਆ ਜੀ ਭੋਗੰਗ ਤਾ ਰੋਗੰ ਜਦੋਂ ਸਰੀਰ ਨੂੰ ਕੋੜ ਹੋ ਗਿਆ ਤੇ ਕੋੜ ਦੇ ਨਾਲ ਨਾ ਜੀ ਹੱਥ ਪੈਰ ਪੈਰਾਂ ਦੀਆਂ ਉਂਗਲਾਂ ਵੀ ਝੜ ਗਈਆਂ ਤੇ ਹੱਥਾਂ ਦੀਆਂ ਵੀ ਝੜ ਗਈਆਂ ਕੋੜ ਇੰਨਾ ਜ਼ਿਆਦਾ ਵੱਧ ਗਿਆ ਵੀ ਉਹਰੇ ਕੋਲੋਂ ਤੁਰਿਆ ਨਹੀਂ ਸੀ ਜਾਂਦਾ ਬੰਦੇ ਕੋਲੋਂ ਜੀ ਲਾਹੌਰ ਵਿੱਚ ਰਹਿੰਦਾ ਸੀਗਾ ਉਹ ਤੇ ਕਹੇ ਨੇ ਉਹਦੇ ਤੇ ਤਰਸ ਕੀਤਾ ਜੀ ਲਾਹੌਰ ਤੇ ਇੱਕ ਸਿੱਖ ਰਹਿੰਦਾ ਸੀ ਉਹਨੇ ਉਹਦੇ ਤੇ ਤਰਸ ਕੀਤਾ ਕਹਿੰਦਾ ਤੂੰ ਬਿਲਕੁਲ ਠੀਕ ਠਾਕ ਹੋ ਸਕਦਾ ਤੇਰਾ ਭਲਾ ਹੋ ਸਕਦਾ ਤੂੰ ਬਚ ਸਕਦਾ ਆ ਇਸ ਮਾੜੇ ਸਮੇ ਤੋਂ ਉਹ ਕਹਿੰਦਾ ਦੱਸ ਕਿਵੇਂ ਕਹਿੰਦਾ ਗੋਇੰਦਵਾਲ ਸਾਹਿਬ ਦੀ ਤਰਤੀ ਤੇ ਆਪ ਰੱਬ ਬੈਠੇ ਗੁਰੂ ਅਮਰਦਾਸ ਜੀ ਉਹਨਾਂ ਦੇ ਕੋਲ ਚਲੇ ਜਾ ਤੂੰ ਤੇਰਾ ਭਲਾ ਹੋ ਸਕਦਾ ਉਹਨੇ ਜੱਸ ਸੁਣਿਆ ਤੇ ਹਾਲ ਪਤਾ ਕੀ ਸੀ ਪਰਿਵਾਰ ਦਾ ਤੇ ਕੋਈ ਜੀ ਨਹੀਂ ਸੀ ਹੈਗਾ ਗਲ ਚ ਠੁੱਠਾ ਬੰਨਿਆ ਸੀ ਉਹਦੇ ਕਿਹਨੇ ਆ ਉਹ ਜੇ ਕੋਈ ਮਾੜੀ ਮੋਟੀ ਖਾਣ ਵਾਲੀ ਚੀਜ਼ ਪਾ ਦਿੰਦੇ ਤੇ ਮੂੰਹ ਦੇ ਨਾਲ ਹੀ ਖਾਂਦਾ ਸੀਗਾ ਹੱਥ ਦੇ ਨਾਲ ਚੁੱਕ ਕੇ ਮੂੰਹ ਚ ਨਹੀਂ ਸੀ ਪਾ ਸਕਦਾ ਕਿਉਂ ਹੱਥਾਂ ਦੀਆਂ ਉਂਗਲਾਂ ਝੜ ਗਈਆਂ ਸੀਗੀਆਂ ਉਹ ਆਪਣੇ ਆਪ ਨੂੰ ਕਸੀੜਦਾ ਕਸੀੜਦਾ ਨਾ ਜੀ ਲਾਹੌਰ ਤੋਂ ਚੱਲਿਆ ਤੇ ਗੋਇੰਦਵਾਲ ਸਾਹਿਬ ਆਇਆ ਜੀ ਜਦੋਂ ਉਹ ਗੋਇੰਦਵਾਲ ਸਾਹਿਬ ਆਇਆ ਸਤਿਗੁਰੂ ਜੀ ਦੇ ਘਰ ਆਇਆ ਗੁਰੂ ਦੇ ਨਗਰ ਚ ਆਇਆ ਗੋਇੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਇਓ ਬਾਣੀ ਚ ਲਿਖਿਆ ਓਨੂੰ ਪਰੋ ਸੌ ਗਿਆ ਵੀ ਮੇਰਾ ਇੱਥੇ ਬਚਾਓ ਜੇਗਾ ਭਾਈ ਸੰਤੋਖ ਸਿੰਘ ਲਿਖਦੇ ਗਿਆ ਕਛੋਟਾ ਲੱਦਾ ਗਾਵੇ ਉਹ ਇੱਕ ਗੱਲ ਉੱਚੀ ਉੱਚੀ ਬੋਲਦਾ ਹੁੰਦਾ ਸੀ ਬਿਰਾਗ ਕਰਦੇ ਵੀ ਗਿਆ ਕਛੋਟਾ ਲੱਦਾ ਮੇਰਾ ਗਿਆ ਕਛੋਟਾ ਲੱਦਾ ਹੁਣ ਕਿਸੇ ਨੂੰ ਕੀ ਪਤਾ ਹੈ ਵੀ ਇਹ ਕੀ ਹੈਗਾ ਜੀ ਹੁਣ ਜਿੰਨੂੰ ਅਰਥ ਪਤਾ ਉਹਨੂੰ ਤੇ ਪਤਾ ਹੈ ਵੀ ਇਹ ਕੀ ਬੋਲਦਾ ਤੇ ਅੱਜ ਤੋਂ 20 ਸਾਲ ਪਹਿਲਾਂ ਵੇਖ ਲਓ ਆਮ ਹੀ ਗੁਰਦੁਆਰਿਆਂ ਦੇ ਬਾਹਰ ਮੰਦਰਾਂ ਦੇ ਬਾਹਰ ਭਿਖਾਰੀ ਬੈਠੇ ਹੁੰਦੇ ਸੀਗੇ ਜਿਨ੍ਹਾਂ ਦੇ ਹੱਥ ਪੈਰ ਠੀਕ ਨਹੀਂ ਸੀ ਹੁੰਦੇ ਉਹਨਾਂ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਸੀ ਉਹਨਾਂ ਦਾ ਕੰਮ ਬਾਹਰ ਮੰਗਦੇ ਰਹਿੰਦੇ ਹੁੰਦੇ ਸੀਗੇ ਉਹਨਾਂ ਭਿਖਾਰੀਆਂ ਦੇ ਵਿੱਚ ਉਹ ਬਹਿ ਗਿਆ ਜੀ ਤੇ ਇੱਕੋ ਹੀ ਗੱਲ ਗਿਆ ਕਛੋਟਾ ਲੱਦਾ ਤੇ ਲੰਘਣ ਵਾਲੇ ਰਾਹੀਰ ਜਿਹੜੇ ਹਨ ਉਹਨੂੰ ਕਹਿੰਦੇ ਵੀ ਫੇਰ ਬੋਲ ਕੀ ਬੋਲਦਾ ਸੈਂ ਤੇ ਉਹ ਫੇਰ ਬੋਲ ਕੇ ਸੁਣਾਉਂਦਾ ਜੀ ਗਿਆ ਕਛੋਟਾ ਲੱਦਾ ਮੇਰਾ ਗਿਆ ਕਛੋਟਾ ਲੱਦਾ ਮਨ ਕਰਕੇ ਉਹ ਗੁਰੂ ਜੀ ਦੀ ਸ਼ਰਨ 'ਚ ਸੀ ਸਰੀਰ ਤੇ ਕੋੜ ਪਿਆ ਲਾਗੇ ਕੋਈ ਜਾਵੇ ਨਾ ਇੱਕ ਦਿਨ ਗੁਰਸਿੱਖਾਂ ਨੇ ਮਾਰਾ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਉਹ ਕੋੜੀ ਪਤਾ ਨਹੀਂ ਕੀ ਬੋਲਦਾ ਗਿਆ ਕਛੋਟਾ ਲੱਦਾ ਹੁਣ ਗੁਰੂ ਸਾਹਿਬ ਨੂੰ ਪਤਾ ਸੀ ਵੀ ਉਹ ਕੀ ਬੋਲਦਾ ਇਹਦਾ ਅਰਥ ਸਮਝ ਲਿਓ ਕਛੋਟੇ ਦਾ ਅਰਥ ਹੈ ਕਸ਼ਹਿਰਾ ਤੇ ਕਸ਼ਹਿਰਾ ਬੰਦੇ ਦੀ ਇੱਜ਼ਤ ਹੈ ਉਹ ਕਹਿੰਦਾ ਸੀ ਦੁਨੀਆਂ ਦੇ ਲੋਗੋ ਮੈਨੂੰ ਗੁਰੂ ਅਮਰਦਾਸ ਸਾਹਿਬ ਨੇ ਮਿਲੇ ਮੈਨੂੰ ਮੇਰੀ ਗਵਾਚੀ ਹੋਈ ਇੱਜ਼ਤ ਵਾਪਸ ਮਿਲ ਗਈ ਹੈ ਕਹੇ ਦੀ ਇੱਜ਼ਤ ਗਵਾਚ ਜਾਵੇ ਤੋ ਉਹਨੂੰ ਵਾਪਸ ਮਿਲ ਜੇ ਨਾ ਉਹਨੂੰ ਪੁੱਛੋ ਵੀ ਇੱਜ਼ਤ ਕੀ ਹੁੰਦੀ ਹੈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਏ ਉਹ ਰੋਣ ਲੱਗਾ ਗਿਆ ਕਛੋਟਾ ਲੱਦਾ ਮੇਰਾ ਗਿਆ ਕਛੋਟਾ ਲੱਦਾ ਸਤਿਗੁਰੂ ਕਹਿੰਦੇ ਸਿੱਖੋ ਜਿੱਥੇ ਅਸੀਂ ਇਸ਼ਨਾਨ ਕਰਦੇ ਆ ਨਾ ਉੱਥੇ ਜਾਓ ਉਹ ਉੱਥੇ ਜਿਹੜਾ ਜਲ ਇਕੱਠਾ ਹੋਇਆ ਟੋਏ 'ਚ ਉਹਰੇ ਨਾਲ ਇਹਨੂੰ ਇਸ਼ਨਾਨ ਕਰਾਓ ਤੇ ਇੱਕ ਕੱਪੜਾ ਪਾ ਕੇ ਅੰਦਰ ਸੰਗਤ ਵਿੱਚ ਲੈ ਆਓ ਹੁਣ ਕੋੜੀ ਸੀ ਕੌਣ ਹੱਥ ਲੰਦਾ ਸੀ ਉਹਨੂੰ ਪਰ ਸਤਿਗੁਰੂ ਜੀ ਦੇ ਕਹਿਣ ਉੱਤੇ ਉਹਨੂੰ ਗੁਰਸਿੱਖਾਂ ਨੇ ਚੁੱਕਿਆ ਤੇ ਸਾਧ ਸੰਗਤ ਜੀ ਚੁੱਕ ਕੇ ਇਸ਼ਨਾਨ ਕਰਾਇਆ ਬਸਤਰ ਉੱਤੇ ਪਾ ਦਿੱਤਾ ਗੇਰੂਏ ਰੰਗ ਦਾ ਸਤਿਗੁਰੂ ਜੀ ਦੇ ਸਾਹਮਣੇ ਬਿਠਾ ਦਿੱਤਾ ਕਹਿੰਦੇ ਮਹਾਰਾਜ ਉਸ ਲੈ ਆਏ ਆ ਉਹਨੂੰ ਤੇ ਕੋੜ ਦਾ ਰੋਗ ਬੜਾ ਭੜਾ ਰੋਗ ਐਸਾ ਸੰਗਤ ਗੁਰਬਾਣੀ ਚ ਪੱਕਾ ਰੋਗ ਲਿਖਿਆ ਪੱਕਾ ਰੋਗ ਹੈ। ਸਰੀਰ ਚੋਂ ਪਾਕ ਵਗਦੀ ਐ ਜਿਹੜਾ ਹੱਥ ਲਾਏਗਾ ਉਹਨੂੰ ਵੀ ਹੋਵੇਗਾ। ਉਹ ਕਹਿੰਦਾ ਕਹਿੰਦੇ ਮਹਾਰਾਜ ਲੈ ਆਏ ਆ ਉਹਨੂੰ। ਸ਼ਰਨ ਪਰੇ ਤੇ ਉੱਭਰੇ ਛੋੜ ਜੰਮਪੁਰ ਕੇ ਲਿਖ ਹੈ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਮਾਰਾ ਕਹਿੰਦੇ ਚੁੱਕੋ ਇਹਦੇ ਸਰੀਰ ਤੋਂ ਪੜਦਾ ਕਪੜਾ ਚੁੱਕੋ ਜਦੋਂ ਇਹਦੇ ਸਰੀਰ ਤੋਂ ਕਪੜਾ ਚੁਕਿਆ ਸਾਰਾ ਸਰੀਰ ਨਵਾਂ ਨਰੋਇਆ ਹੋ ਗਿਆ ਸੀ ਸਾਰੇ ਰੋਗ ਉੱਡ ਗਏ ਈ ਉਹਦੇ ਦੀ ਗੁਰਸਿੱਖ ਵੇਖ ਕੇ ਬੜੇ ਖੁਸ਼ ਹੈ ਸਰੀਰ ਬੜਾ ਸੋਹਣਾ ਨਿਕਲਿਆ ਮਾਰਾ ਕਹਿੰਦੇ ਇਹ ਤੇ ਮੁਰਾਰੀ ਵਰਗਾ ਸੋਹਣਾ ਹੋ ਗਿਆ ਇਹ ਤਾਂ ਮੁਰਾਰੀ ਹੈ ਤੇ ਐਡਾ ਸੋਹਣਾ ਸਰੀਰ ਹੋ ਗਿਆ ਗੁਰੂ ਸਾਹਿਬ ਨੇ ਨਾਲ ਹੀ ਬਚਨ ਕੀਤਾ ਮਾਰਾ ਕਹਿੰਦੇ ਦਾ ਵਿਆਹ ਕਰਨਾ ਕੋਈ ਬੱਚੀ ਲੈ ਕੇ ਆਓ ਇੱਕ ਸਿੱਖ ਕਹਿੰਦਾ ਮਾਰਾ ਮੇਰੀ ਧੀ ਹਾਜ਼ਰ ਹੈ ਸਾਹਸੰਗਤ ਦੀ ਉਹਦੀ ਬੱਚੀ ਨਾਲ ਵਿਆਹ ਜਦੋਂ ਆਰੰਭਣ ਲੱਗੇ ਮਾ ਆਈ ਮਾਰਾ ਤੁਸੀਂ ਰਿਸ਼ਤਾ ਕਰਤਾ ਜਿਤ ਜਾਤ ਕੁੱਲ ਧਰਮ ਮਾਂ ਪਿਓ ਕਹੇ ਚੀਜ਼ ਦਾ ਨਹੀਂ ਪਤਾ ਤੇ ਗੁਰੂ ਜੀ ਕਿੰਨੇ ਦਿਆਲੂ ਨੇ ਸ਼ਰਨ ਪੈਣ ਦੀ ਦੇਰ ਚ ਗੁਰੂ ਅਮਰਦਾਸ ਸਾਹਿਬ ਕਹਿੰਦੇ ਬੀਬੀ ਇਹਦੀ ਮਾਂ ਵੀ ਅਸੀਂ ਆਂ ਤੇ ਇਹਦੇ ਪਿਤਾ ਵੀ ਅਸੀਂ ਆਂ ਇਹਦੀ ਕੁੱਲ ਵੀ ਅਸੀਂ ਆਂ ਇਹਦੇ ਧਰਮ ਵੀ ਅਸੀਂ ਆਂ ਗੁਰੂ ਜੀ ਨੇ ਦਿੱਤੀ ਉਹਨੂੰ ਨਾਮ ਦੀ ਦਾਤ ਮਾਰਾ ਕਹਿੰਦੇ ਹੁਣ ਇਹਦੇ ਵਰਗਾ ਕੋਈ ਹੋਰ ਨਹੀਂ ਹੋਏਗਾ ਆਪਣੀ ਬੱਚੀ ਦਾ ਵਿਆਹ ਕਰਾ ਦੇ ਤੇਰੀ ਬੱਚੀ ਦਾ ਨਾਮ ਹੈ ਮੱਥੋ ਜੋੜੀ ਪ੍ਰਸਿੱਧ ਹੋਏਗੀ ਪਹਿਲਾਂ ਬੱਚੀ ਦਾ ਨਾਮ ਆਏਗਾ ਮੁਰ ਸਾਡੇ ਪੁੱਤ ਦਾ ਨਾਮ ਆਏਗਾ ਕਹਿੰਦੇ ਨਾਮ ਪ੍ਰਚਲਿਤ ਹੋਇਆ ਮੱਥੋ ਤੇ ਮੁਰਾਰੀ ਇੱਕ ਥੋੜੀ ਸ਼ਰਨ ਚ ਪਏ ਜੀ ਬੜੇ ਪਏ ਜੀ ਸ਼ਰਨ ਪਰੇ ਤੇ ਉੱਭਰੇ ਛੋੜ ਜਮਪੁਰ ਕੀ ਲਿਖ ਹੈ ਜਮ ਪੁਰ ਵਿੱਚ ਜਿਹੜੀਆਂ ਲਿਖਤਾਂ ਹੋਈਆਂ ਨਾ ਬੰਦੇ ਦੀਆਂ ਵੀ ਆ ਮਾੜਾ ਕੰਮ ਕੀਤਾ ਤੇ ਆ ਸਜ਼ਾ ਮਿਲਣੀ ਹੈ। ਭਟ ਦੀ ਕਹਿੰਦੇ ਜਿਹੜੇ ਗੁਰੂ ਜੀ ਦੀ ਸ਼ਰਨ ਵਿੱਚ ਪੈਂਦੇ ਨਾ ਜਮਾ ਦੀਆਂ ਲਿਖਤਾਂ ਸਭ ਛੱਡੀਆਂ ਜਾਂਦੀਆਂ ਉਹਨਾਂ ਦੀਆਂ। ਪਾਪ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਗੁਰ ਗੋਹਰ ਦਰਿਆਉ ਪਲਕ ਡੁਬੰਤਹ ਤਾਰੇ। ਕਹਿੰਦੇ ਗੁਰੂ ਸਾਹਿਬ ਐਨੇ ਵੱਡੇ ਨੇ ਐਨੇ ਦਇਆ ਦੇ ਸਮੁੰਦਰ ਨੇ دریا ਨੇ ਸਮੁੰਦਰ ਨੇ ਬੰਦਾ ਪਵ ਸਾਗਰ ਚ ਡੁੱਬ ਰਿਆ ਤੇ ਗੁਰੂ ਸਾਹਿਬ ਜਿਵੇਂ ਪਲਖ ਚਮਕ ਨੂੰ ਕਿੰਨਾ ਕੁ ਟਾਈਮ ਲੱਗਦਾ ਜੀ ਪਲਖ ਚਮਕਦੇ ਆ ਕਿੰਨਾ ਕੁ ਟਾਈਮ ਲੱਗਦਾ ਜੀ ਸਕਿੰਟ ਵੀ ਨਹੀਂ ਲੱਗਦਾ ਸਕਿੰਟ ਪੂਰੇ ਹੁੰਦੇ ਨੂੰ ਵੀ ਟਾਈਮ ਲੱਗਦਾ ਜੀ ਪਰ ਪਲਕ ਚਮਕਦੇ ਨੂੰ ਟਾਈਮ ਨਹੀਂ ਲੱਗਦਾ ਕਹਿੰਦੇ ਜਿੰਨੂੰ ਗੁਰੂ ਅਮਰਦਾਸ ਜੀ ਨੇ ਤਾਰਨਾ ਪਲਕ ਡੁਬੰਤ ਤਹ ਤਾਰੇ ਡੋਬਦੇ ਹੋਏ ਨੂੰ ਪਲਕ ਚ ਜਿਵੇਂ ਜਿਵੇਂ ਪਲਕ ਚਮਕੀਦੀ ਐ ਇੰਨਾ ਟਾਈਮ ਲੱਗਦਾ ਐ ਇੰਨੇ ਸਮੇਂ ਚ ਮਹਾਰਜ ਤਾਰ ਦਿੰਦੇ ਨੇ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਹਿਰਦੇ ਚ ਸਦਾ ਹੀ ਵਾਹਿਗੁਰੂ ਦਾ ਵਾਸਾ ਹੈ ਮੁਖ ਕਰਤਾਰ ਹੈ ਉਚਰ ਹੈ ਤੁਹਾਡੇ ਹਿਰਦੇ ਚ ਵੀ ਵਾਹਿਗੁਰੂ ਦਾ ਵਾਸਾ ਤੇ ਤੁਹਾਡੇ ਮੁਖ ਚ ਵੀ ਵਾਹਿਗੁਰੂ ਦੀ ਸਿਫਤ ਤੁਹਾਡੇ ਦਰਸ਼ਨ ਕਰਨ ਵਾਲੇ ਸਿੱਖਾਂ ਦੇ ਮੁਖ ਚ ਵੀ ਵਾਹਿਗੁਰੂ ਦੀ ਸਿਫਤ ਤੇ ਭਟ ਜੀ ਸਬਈਏ ਦੀ ਸਮਾਪਤੀ ਕਰਦਿਆਂ ਕਹਿੰਦੇ ਆ ਗੁਰ ਅਮਰਦਾਸ ਜਿਨ ਸੇਵਿਓ ਤਿੰਨ ਦੁਖ ਦਰੇਦਰ ਪਰ ਹਰ ਪਰੈ ਆਪਕ ਕੋਈ ਸਾਹਮਣੇ ਖਲੋਤਾ ਹੋਵੇ ਆਪਾਂ ਕਹਿੰਦੇ ਪਰੇ ਹੋ ਜਾ ਥੋੜਾ ਪਰੇ ਹੋ ਕੇ ਖਲੋ ਜਿਹੜਾ ਪਰੇ ਹੋ ਗਿਆ ਉਹ ਦੂਰ ਹੋ ਗਿਆ ਭਾਬੋ ਪਰੇ ਹੋ ਗਿਆ ਪਟ ਜੀ ਕਹਿੰਦੇ ਆ ਸਿੱਖੋ ਜਿਹੜਾ ਧੰਨ ਗੁਰੂ ਅਮਰਦਾਸ ਜੀ ਦੀ ਸ਼ਰਨ ਚ ਜਾਂਦਾ ਸੇਵਯੋਦਾਰਥ ਹੈ ਸੇਵਾ ਕਰਦਾ ਗੁਰੂ ਜੀ ਨੂੰ ਗੁਰੂ ਜੀ ਨੂੰ ਮੰਨਦਾ ਗੁਰੂ ਜੀ ਨੂੰ ਚੇਤੇ ਕਰਦਾ ਤਿੰਨ ਦੁੱਖ ਦਰਿਦਰ ਪਰਹਰ ਪਰੇ ਦੁੱਖ ਦੁੱਖ ਬੜੇ ਨੇ ਜੀ ਬੰਦੇ ਨੂੰ ਦਰਿਦਰ ਕਹਿੰਦੇ ਗਰੀਬੀ ਨੂੰ ਉਸ ਬੰਦੇ ਦੇ ਦੁੱਖ ਤੇ ਗਰੀਬੀ ਉਹਨੂੰ ਛੱਡ ਕੇ ਪਰੇ ਹੀ ਹੋ ਜਾਂਦੀ ਹੈ ਛੱਡ ਹੀ ਜਾਂਦੀ ਹੈ ਜੇ ਛੱਡ ਜਾਂਦੀ ਹੈ ਐਨੇ ਵੱਡੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇਹ ਕੇਵਲ ਤੇ ਕੇਵਲ ਆਪਾਂ ਮਹਾਰਾਜੇ ਦੀ ਬਾਣੀ ਦੇ ਅਖਰੀ ਅਰਥ ਕੀਤੇ ਚ ਗੋਜ ਅਰਥ ਤ ਪਾਟੀ ਜਾਣਦੇ ਆ ਜਿ ਜਿਨਾਂ ਨੇ ਸਿਫਤ ਕੀਤੀ ਹੈ ਤੇ ਗੁਰੂ ਅਮਰਦਾਸ ਜੀ ਦੇ ਬਾਰੇ ਤੋਂ ਨਾ ਗੱਜ ਕੇ ਕਹਿ ਦਿੱਤਾ ਨਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਨੇ ਆਵੇ ਕਹਿੰਦੇ ਮਹਾਰਜ ਅਸੀਂ ਕਹਿ ਨਹੀਂ ਸਕਦੇ ਵੀ ਫਲਾਣਾ ਗੁਰੂ ਅਮਰਦਾਸ ਸਾਹਿਬ ਵਰਗਾ ਹੈ ਜੀ ਉਪਮਾ ਦਾ ਅਰਥ ਪਤਾ ਕੀ ਹੈ ਵੀ ਫਲਾਣੇ ਨੂੰ ਉਪਮਾ ਦੇਣੀ ਤੁਲਨਾ ਦੇਣੀ ਵੀ ਇਹਦੀ ਉਪਮਾ ਉਹਦੇ ਵਰਗੀ ਹੈ ਆਪਾਂ ਕਹਿ ਦਿਆਂਗੇ ਵੀ ਆਰਮਾਲਾ ਸਾਹਿਬ ਉਸ ਰਮਾਲਾ ਸਾਹਿਬ ਵਰਗਾ ਹੈ ਫਲਾਣਾ ਫਲਾਣੇ ਵਰਗਾ ਹੈ ਪਰ ਪਟ ਜੀ ਕਹਿੰਦੇ ਆ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਅਸੀਂ ਨਹੀਂ ਕਹਿ ਸਕਦੇ ਵੀ ਫਲਾਣਾ ਗੁਰੂ ਅਮਰਦਾਸ ਜੀ ਵਰਗਾ ਜਾਂ ਗੁਰੂ ਅਮਰਦਾਸ ਸਾਹਿਬ ਫਲਾਣੇ ਵਰਗੇ ਆ ਨਹੀਂ ਤੁਹਾਡੀ ਉਪਮਾ ਤੁਹਾਨੂੰ ਹੀ ਬਾਣ ਆਉਂਦੀ ਹੈ ਕਿੰਨੇ ਕੁ ਗੁਣ ਨੇ ਮਹਰ ਭੱਲੇ ਅਮਰਦਾਸ ਗੁਣ ਤੇਰੇ ਮਾਰਾ ਤੁਹਾਡੇ ਗੁਣ ਬੜੇ ਆ ਬੜੇ ਗੁਣ ਆ ਸਾਰਾ ਸਵਈਆ ਉਚਾਰਦੇ ਆ ਬਹੁ ਅਰਥ ਕਰਦੇ ਆ ਵਿਚਾਰਦੇ ਆ ਸਮਾਂ ਲੱਗੇਗਾ ਕੰਨ ਹਰ ਬੂੰਦ ਬਸਰੋ ਮਾਵਲ ਕੁਸਮ ਬਸੰਤ ਗਣੰਤ ਨ ਆਵੇ ਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਹਨਾਂ ਹੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣ ਆਵੇ ਗੱਜ ਕੇ ਸਾਰੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾ ਜੀ ਧਨ ਧਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧਨ ਧਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਹੁਤੇ ਪਿਆਰ ਨਾਲ ਫਿਰ ਕਹੋ ਧਨ ਧਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਰੀ ਅਮਰਦਾਸ ਜਿਨ ਸੇ ਵੇਉ ਕੋਰੀ ਅਮਰ ਗੋਰੀ ਅਮਰਦਾਸ ਜਿਨ ਸੇ ਵੇਓ ਗੋਰੀ ਅਮਰਦਾਸ ਸੇ ਦੁਖ ਤਰਦਰ ਪਰ ਹਰ ਪਰੈ ਦੁਖ ਤਰਦਰ ਪਰ ਹਾ ਪਰੇ ਹੋ ਜਾਂਦੇ ਦੁੱਖ ਦਰਦ ਪਰੇ ਹੋ ਜਾਂਦੇ ਦੁੱਖ ਦਰਦ ਪਰਹਾਰ ਪਰੇ ਦੁੱਖ ਦਰਦ ਪਰਹਾਰ ਗੋਰੀ ਅਮਰਦਾਸ ਜਿਨ ਸੇ ਵੇਉ ਕੋਰੀ ਅਮਰ ਗੁਰ ਅਮਰਦਾਸ ਜਿਨ ਸੇਵਿਓ ਗੁਰ ਅਮਰਦਾਸ ਜਿਨ ਸੇਵਿਓ ਦੁਖ ਦਰਦ ਪਰਹਾਰ ਪਾਰੇ ਦੁਖ ਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੇ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਬੇਅੰਤ ਬੇਅੰਤ ਵਧਾਈਆਂ ਹੋਣ ਜਲ ਪਾਣੀ ਤਿਆਰ ਹੈ ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਗੱਧ ਕੇ ਫਤੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ